ਜੀ ਨਾਂ ਤੁਹਾਡਾ? ਹਰਜੀਤ ਸਿੰਘ ਬੁਗਰਾ ਜੀ। ਮਸਲਾ ਕੀ ਹੈ ਜੋ ਅੱਜ ਤੁਸੀਂ ਕੋਲ ਰੋਕਿਆ? ਮਸਲਾ ਤਾਂ ਇਹ ਉਹੀ ਹੈ ਜੀ, ਗੰਨੇ ਦੀ ਪਿਛਲੀ ਅਦਾਇਗੀ ਨੂੰ ਲੈ ਕੇ ਅਤੇ ਮਿੱਲ ਨੂੰ ਚਲਾਉਣ ਵਾਸਤੇ। ਪਰਸੋਂ ਅਸੀਂ ਮਿੱਲ ਦੇ ਅੰਦਰ ਧਰਨਾ ਲਾਇਆ ਸੀ, ਕਿਸਾਨ ਚਿਮਨੀ ਦੇ ਉੱਤੇ ਚੜ੍ਹੇ ਤੇ। ਸਾਡਾ ਵੀ ਮੰਨ ਲਓ ਐਵੇਂ ਸੀ ਵੀ ਅਸੀਂ ਸੜ ਰੋਡ ਵਾਲੇ ਪਾਸੇ ਨੂੰ ਨਾ ਜਾਈਏ, ਪਰ ਪਰਸੋਂ ਇਹਨਾਂ ਨੇ ਕੀ ਕਰਿਆ, ਪ੍ਰਸ਼ਾਸਨ ਨੇ ਅਤੇ ਸਰਕਾਰ ਦੀ ਸਹਿ 'ਤੇ ਸਾਨੂੰ ਝੂਠ ਬੋਲ ਕੇ ਉੱਥੋਂ ਠਾਲਤਾ ਵੀ ਪਰਸੋਂ ਨੂੰ ਤੁਹਾਡਾ ਗੰਨਾ ਬਾਉਂਡ ਹੋ ਜੂ ਅਤੇ ਟਰਾਲੀਆਂ ਲਿਆਓ, ਮਿੱਲ ਚੱਲ ਪਊ। ਅਸੀਂ ਟਰਾਲੀਆਂ ਭਰੀ ਖੜ੍ਹੇ ਹਾਂ, ਮਿੱਲ ਦਾ ਇਹਨਾਂ ਨੇ ਗੇਟ ਨਹੀਂ ਖੋਲਿਆ, ਨਾ ਗੰਨਾ ਬਾਉਂਡ ਕਰਿਆ। ਕੱਲ੍ਹ ਸਾਰਾ ਦਿਨ ਬਹਿ ਕੇ ਮੁੜ ਗਏ, ਅੱਜ ਤੜਕੇ ਦੇ ਬੈਠੇ ਹਾਂ, ਮਿੱਲ ਦਾ ਦਫ਼ਤਰ ਨਹੀਂ ਖੋਲਿਆ। ਅਸੀਂ ਜਦ ਫੋਨ ਵੀ ਕਰੇ ਨੇ ਚਾਰੇ ਪਾਸੇ, ਹੈ ਨਾ, ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ। ਸੋ ਸਾਡੀ ਬੇਨਤੀ ਆ ਵੀ ਇਹਨੂੰ ਜਿਹੜੀ ਸਾਡੀ ਪਿਛਲੀ ਪੇਮੈਂਟ ਆ, ਜੇ ਪਿਛਲੇ ਸਾਲ ਦੀ ਸਾਰੀ ਪੇਮੈਂਟ ਪਈ ਆ 17 ਕਰੋੜ ਰੁਪਈਆ, ਕਿਸਾਨ ਜਾਵੇ ਤਾਂ ਜਾਵੇ ਕਿੱਥੇ, ਫਸਲ ਦੂਜੀ ਵੀ ਸਿਰ 'ਤੇ ਆ ਗਈ, ਪਿਛਲੀ ਪੇਮੈਂਟ ਸਾਨੂੰ ਦਿੱਤੀ ਨਹੀਂ, ਅਤੇ ਗੰਨਿਆਂ ਮੰਨੋ ਅਸੀਂ ਸਿਰ 'ਤੇ ਖੜ੍ਹਾ, ਉਹਨੂੰ ਉਹਦਾ ਕੀ ਕਰੀਏ, ਵੱਡੀ ਬੈਠਿਆ। ਲੱਗਦਾ ਨਹੀਂ ਰੋਡ ਰੋਕਣਾ, ਲੋਕ ਵੀ ਪਰੇਸ਼ਾਨ ਹੋ ਰਹੇ ਨੇ, ਕੀ ਕਾਰਨ? ਬਹੁਤ ਲੱਗਦਾ, ਅਸੀਂ ਮਤਲਬ ਪਰਸੋਂ ਇਸੇ ਗੱਲ ਦੇ ਮਾਰੇ ਮਿੱਲ ਦੇ ਅੰਦਰ ਬੈਠੇ ਤੇ ਵੀ ਅਸੀਂ ਮਤਲਬ ਵੀ ਇੱਥੇ ਬੈਠ ਕੇ ਕਿਸਾਨ ਚਿਮਨੀ ਦੇ ਉੱਤੇ ਚੜ੍ਹ ਗਏ, ਉੱਥੋਂ ਸਾਨੂੰ ਇਹਨਾਂ ਨੇ ਝੂਠ ਬੋਲ ਕੇ ਠਾਲਤਾ ਵੀ ਪਰਸੋਂ ਨੂੰ ਮਿੱਲ ਚੱਲ ਪੂ ਨਾਲੇ ਪੇਮੈਂਟਾਂ ਪੈ ਜਾਣਗੀਆਂ। ਹੁਣ ਨਾ ਕੋਈ ਰੁਪਈਆ ਪਿਆ ਅਤੇ ਨਾ ਮਤਲਬ ਮਿੱਲ ਚੱਲਿਆ, ਅਸੀਂ ਟਰਾਲੀਆਂ ਭਰੀ ਖੜ੍ਹੇ ਹਾਂ। ਅੱਗੇ ਤਾਂ ਇਹ ਅੱਜ ਇਹਨਾਂ ਨੂੰ ਹੈ ਨਾ ਦੇਖਦੇ ਹਾਂ ਅਸੀਂ ਸ਼ਾਮ ਤੱਕ ਕੀ ਕਰਦੇ ਨੇ, ਜੇ ਇਹਨਾਂ ਨੇ ਕੋਈ ਨਾ ਮੰਨੋ ਕਰਿਆ ਤਾਂ ਕੱਲ੍ਹ ਤੋਂ ਅਗਲੇ ਦਿਨ ਸਾਡੀਆਂ ਟਰਾਲੀਆਂ ਭਰ ਰਹੀਆਂ ਨੇ, ਹੋਰ ਵੀ 10-12 ਭਰੀਆਂ ਖੜ੍ਹੀਆਂ ਨੇ, ਜਿੱਦਾਂ 60-70 ਟਰਾਲੀਆਂ ਹੋ ਗਈਆਂ, ਅਸੀਂ ਮਿੱਲ ਦੇ ਅੰਦਰ ਕੋਲੇ ਲਿਆਵਾਂਗੇ, ਜੇ ਤਾਂ ਇਹਨਾਂ ਨੇ ਮਿੱਲ ਚਲਾ ਤਾ ਠੀਕ ਆ, ਨਹੀਂ ਉਹ ਟਰਾਲੀਆਂ ਮੋੜ ਕੇ ਰੋਡਾਂ 'ਤੇ ਹੀ ਲਿਆਵਾਂਗੇ। ਗੱਲਬਾਤ ਕੁਛ ਨਹੀਂ ਹੋਈ ਜੀ, ਪ੍ਰਸ਼ਾਸਨ ਸਾਨੂੰ ਘਸਾਉਣ 'ਤੇ ਲੱਗਿਆ ਹੋਇਆ, ਸਰਕਾਰ ਦੀ ਸਹਿ 'ਤੇ, ਸਰਕਾਰ ਦੀ ਪ੍ਰਸ਼ਾਸਨ ਨੂੰ ਸਹਿ ਆ ਪੂਰੀ, CM ਮੰਨੋ ਰਲਿਆ ਹੋਇਆ, CM ਦਾ ਜਿੰਨਾ ਸਿਸਟਮ ਆ ਸਾਰਾ ਉਹ ਇਹ ਮਤਲਬ ਵੱਡੇ ਘਰਾਣਿਆਂ ਨਾਲ ਰਲਿਆ ਹੋਇਆ, ਇਹ ਸਾਨੂੰ ਘਸਾ ਰਹੇ ਨੇ। ਕਹਿ ਕੀ ਰਹੇ ਸੀ ਉਹ? ਕਹਿ ਰਹੇ ਨੇ ਵੀ ਪਰਚੀ ਅਸੀਂ ਤੁਹਾਨੂੰ ਮਕੇਰੀਆਂ ਮਿੱਲ 'ਤੇ ਦੇਵਾਂਗੇ, ਗੰਨਾ ਤੁਹਾਡਾ ਧੂਰੀ ਮਿੱਲ 'ਚ ਲਹੂਗਾ, ਕਿਤੇ ਹੈਗਾ ਸੰਭਵ? ਤੁਸੀਂ ਆ ਉਰੇ ਕਿਸੇ ਮਤਲਬ ਕੰਡੇ 'ਤੇ ਪਰਚ ਮਤਲਬ ਕੰਡਾ ਕਰਾ ਲਓ ਕਿਸੇ ਗੱਡੀ ਦਾ, ਉਹ ਐਂ ਹੈਗਾ ਵੀ ਉਹ ਤੁਹਾਨੂੰ ਪਰਚੀ ਪਟਿਆਲੇ ਦੀ ਦੇ ਦੇਵੇ? ਇਹ ਤਾਂ ਜਮਾਂ ਹੀ ਮਤਲਬ ਮੂਰਖਤਾ ਵਾਲੀ ਗੱਲ ਆ, ਗੰਨਾ ਸਾ ਧੋਰੇ ਲੈਂਦੇ ਨੇ, ਪਰਚੀ ਸਾਨੂੰ ਦਿੰਦੇ ਨੇ ਮਕੇਰੀਆਂ ਮਿੱਲ ਦੀ, ਅਸੀਂ ਕਿਹਤੋਂ ਪੈਸੇ ਮੰਗਾਂਗੇ, ਕਿਹਦੀ ਮਾਂ ਨੂੰ ਮਾਸੀ ਕਹਾਂਗੇ? ਪੈਸੇ ਤਾਂ ਸਾਨੂੰ ਇਹਨਾਂ ਨੇ ਹੁਣ ਤੱਕ ਉਹ ਨਹੀਂ ਦਿੱਤੇ, ਸਾਨੂੰ ਮਤਲਬ ਇਹਨਾਂ ਦੀਆਂ ਗਿੱਦੜ ਚਾਲਾਂ ਦਾ ਸਾਰੀਆਂ ਦਾ ਪਤਾ, ਇਹ ਮਤਲਬ ਬਾਜ਼ ਆ ਜਾਣ, ਅਸੀਂ ਕੱਲ੍ਹ ਤਾਂ ਸ਼ਾਮ ਤੱਕ ਢਿੱਲੇ ਹਾਂ, ਪਰਸੋਂ ਨੂੰ ਅਸੀਂ ਟਰਾਲੀਆਂ ਲੈ ਕੇ ਇਹਨਾਂ ਦੀਆਂ ਮਤਲਬ ਨਾਸਾਂ 'ਚ ਧੂੰਆਂ ਲਿਆ ਦਿਆਂਗੇ, ਇਹ ਮਤਲਬ ਕਿਸੇ ਭੁਲੇਖੇ 'ਚ ਨਾ ਰਹਿਣ। ਅਵਤਾਰ ਸਿੰਘ ਧਾਰੀ ਭੁੱਲੜੀ। ਕਿੰਨੀ ਪੇਮੈਂਟ ਰਹੀ ਹੈ, ਮਸਲਾ ਕਿੱਥੇ ਹੁੰਦਾ? ਤਕਰੀਬਨ 12 ਕਰੋੜ ਰੁਪਏ ਤੋਂ ਉੱਪਰ ਪੇਮੈਂਟ ਰਹਿ ਰਹੀ ਹੈ, ਅਤੇ ਹੁਣ ਜ਼ਿਆਦਾ ਮਸਲਾ ਤਾਂ ਇਹ ਹੈ ਜੀ, ਗੰਨਾ ਅਸੀਂ ਇਹ ਸ਼ੂਗਰ ਮਿੱਲ ਵਾਸਤੇ ਬੀਜਿਆ ਸੀ, ਹੁਣ ਮਿੱਲ ਵਾਲੇ ਕਹਿੰਦੇ ਨੇ ਅਸੀਂ ਸ਼ੂਗਰ ਮਿੱਲ ਨਹੀਂ ਚਲਾਉਣਾ, ਪਰ ਇਹਨਾਂ ਨੇ ਸਰਕਾਰ ਨੂੰ ਲਿਖ ਕੇ ਦਿੱਤਾ ਹੋਇਆ ਵੀ ਅਸੀਂ ਇਹ ਗੰਨੇ ਦਾ ਪ੍ਰਬੰਧ ਕਰਾਂਗੇ, ਪਰ ਕੱਲ੍ਹ ਪਰਸੋਂ ਦਾ ਜਦੋਂ ਦਾ ਸਾਨੂੰ ਪਤਾ ਲੱਗਿਆ ਵੀ ਇਹ ਦੂਸਰੀਆਂ ਮਿੱਲਾਂ ਨੂੰ ਅਲਾਟ ਕਰਤਾ, ਪਰ ਅਸੀਂ ਇਹ ਗੰਨਾ ਜਿਹੜਾ ਇਸ ਮਿੱਲ ਵਾਸਤੇ ਬੀਜਿਆ ਸੀ ਇਸ 'ਚ ਅਸੀਂ ਭੁਗਤਾਨ ਕਰਾਂਗੇ। ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਵੀ ਜੇ ਨਹੀਂ ਚਲਾਉਣਾ ਤਾਂ ਅਸੀਂ ਇੱਥੇ ਸੜਕਾਂ ਜਾਮ ਕਰਨ ਨੂੰ ਮਜਬੂਰ ਹੋਵਾਂਗੇ। ਕਿੰਨਾ ਗੰਨਾ ਜਿਹੜਾ ਇਸ ਵਾਰੀ ਇੱਥੇ ਪਿਆ? ਤਕਰੀਬਨ 2400-2500 ਏਕੜ ਤੋਂ ਉੱਪਰ ਗੰਨਾ ਇਸ ਧੂਰੀ ਏਰੀਏ ਦਾ, 1000 ਏਕੜ ਨਾਲ ਜਿਹੜਾ ਅਲਾਟ ਹੈ ਦੂਸਰੀਆਂ ਪਿੰਡ ਨੇ ਉਹ ਵੀ ਇਸੇ 'ਤੇ ਹੈ, ਤਕਰੀਬਨ 3200 ਏਕੜ ਗੰਨਾ। ਅੱਜ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ? ਪ੍ਰਸ਼ਾਸਨ ਨਾਲ ਤਾਂ ਕੱਲ੍ਹ ਪਰਸੋਂ ਦੀ ਚੱਲੀ ਜਾਂਦੀ ਆ, ਸਾਨੂੰ ਲਾਰਾ ਜਾਂ ਲੋਲੀਪੋਪ ਜੇ ਦੇ ਕੇ ਮੋੜ ਦਿੰਦੇ ਨੇ, ਪਰ ਅੱਜ ਸਾਨੂੰ ਮਜਬੂਰ ਹੋ ਕੇ ਇੱਥੇ ਰੋਡ ਜਾਮ ਕਰਨੀ ਪਈ ਹੈ। ਬਸ ਉਦੋਂ ਵੀ ਕੱਲ੍ਹ ਨੂੰ ਤੁਹਾਡੀ 2 ਵਜੇ ਮੀਟਿੰਗ ਕਰਵਾ ਕੇ ਬਸ ਸ਼ੂਗਰ ਮਿੱਲ ਚਲਵਾ ਦਿਆਂਗੇ, ਪਰ ਜਦੋਂ ਦੂਸਰੇ ਦਿਨ 2 ਵਜੇ ਗਏ ਕਹਿੰਦੇ ਜੀ ਗੰਨਾ ਅਲਾਟ ਕਰਤਾ, ਚਲਾਉਣ ਵਾਲਾ ਤਾਂ ਇੱਕ ਪਾਸੇ ਰਹਿ ਗਿਆ। ਜਦੋਂ ਤੱਕ ਸਾਡਾ ਮਸਲਾ ਨਹੀਂ ਹੱਲ ਹੁੰਦਾ ਉਦੋਂ ਤੱਕ ਬੈਠਣ ਨੂੰ ਅਸੀਂ ਮਜਬੂਰ ਹਾਂ।
ਮੇਰਾ ਨਾਮ ਪ੍ਰੇਮਜੀਤ ਸਿੰਘ ਜੀ ਭੁੱਜੋ ਵਾਲੀ। ਅਸੀਂ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਜੀ ਵੀ ਸਾਡੇ ਖੇਤ ਦੇ ਵਿੱਚ ਲੇਬਰਾਂ ਲਾ ਕੇ ਗੰਨਾ ਵੱਢਿਆ ਜਾ ਰਿਹਾ ਜੀ, ਹੋਰ ਮਿੱਲਾਂ ਸਾਰੀਆਂ ਚੱਲ ਪਈਆਂ, ਸਾਡੀ ਮਿੱਲ ਦੀ ਹਜੇ ਨੌਂ 'ਤੇ ਨਹੀਂ ਹੈਗਾ ਚੱਲਾਂ ਦਾ ਜੀ। ਇਹ ਅੱਜ 1956 ਦੇ ਵਿੱਚ ਮਿੱਲ ਲੱਗਿਆ ਜੀ, ਅੱਜ ਪਹਿਲੀ ਵਾਰ ਹੋਏ ਜਦੋਂ ਇਹਦੀ ਸਰਕਾਰ ਦੇ ਵਿੱਚ ਇਹ ਮਿੱਲ ਖੜਿਆ ਜੀ CM ਦੇ ਸਿਟੀ ਦੇ ਵਿੱਚ। ਸਾਡੀ ਪਿਛਲੀ ਪੇਮੈਂਟ 17 ਕਰੋੜ ਰੁਪਈਆ ਰਹਿੰਦਾ ਜੀ ਮਿੱਲ ਲੱਗਣੀ। ਜਿਹੜਾ ਆਗਾਮੀ ਸੀਜ਼ਨ ਆ ਰਿਹਾ ਹੈਗਾ ਬੜਾਈ ਸੀਜ਼ਨ ਗੰਨੇ ਦਾ, ਉਹਦੇ ਬਾਰੇ ਇਹ ਇਹਨਾਂ ਦੀ ਮੰਗ ਸੀ ਕਿ ਸਾਨੂੰ ਦੱਸਿਆ ਜਾਵੇ ਕਿ ਕਿਵੇਂ ਕਿਵੇਂ ਗੰਨੇ ਦੀ ਪੜਾਈ ਸ਼ੁਰੂ ਕੀਤੀ ਜਾਏਗੀ। ਇਸ ਸੰਬੰਧ 'ਚ ਪੰਜਾਬ ਸਰਕਾਰ ਵੱਲੋਂ ਜਿਹੜਾ ਕਿਸਾਨ ਭਲਾਈ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ ਜਿਹੜੀ ਵੀ ਹੈ ਗੰਨਾ ਇਹ ਸੁਨਿਸ਼ਚਿਤ ਕੀਤਾ ਜਾਊ ਸਰਕਾਰ ਵੱਲੋਂ 1850 ਏਕੜ ਰਕਬੇ 'ਚ ਗੰਨਾ ਹੈਗਾ ਕਿ ਉਹ ਸਮੇਂ ਸਿਰ ਜਿਹੜਾ ਹੈ ਗੰਨਾ ਚੱਕਿਆ ਜਾਵੇ, ਇਹਦੇ ਪ੍ਰਬੰਧ ਸਰਕਾਰ ਵੱਲੋਂ ਕੀਤੇ ਜਾ ਰਹੇ। ਮੰਗ ਕਰ ਰਹੇ ਨੇ ਵੀ ਸਾਡਾ ਧੂਰੀ ਮਿੱਲੀ ਪਰਚੀ ਦੇਵੇ। ਇੱਥੇ ਅਸੀਂ ਸੈਂਟਰ ਬਣਾ ਰਹੇ ਹਾਂ ਜਿੱਥੇ ਗੰਨੇ ਦਾ ਕੰਡਾ ਵੀ ਇੱਥੇ ਹੋਏਗਾ ਅਤੇ ਇੱਥੇ ਗੰਨਾ ਲਿਆ ਜਾਏਗਾ। ਉਸ ਸੰਬੰਧ 'ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਔਰ ਜੋ ਜਿਹਨਾਂ ਕਿਸਾਨਾਂ ਕੋਲ ਆਪਣੇ ਸਾਧਨ ਹੈਗੇ ਹੈ ਔਰ ਉਹਨਾਂ ਦੀ ਸਹੂਲਤ ਲਈ ਹੋਰ ਮਿੱਲਾਂ ਨੂੰ ਵੀ ਅਸੀਂ ਸੈਂਟਰ ਬਣਾਏ ਹੈਗੇ।